ਪ੍ਰੇਜ਼ ਦਾ ਲੋਡ ਐਵਰੀਵਨ, ਮਾਈਸੈਲਫ ਹਿਤੇਸ਼ ਸੈਵੀ ਮਸੀਹ। ਆਈ ਹੋਪ ਤੁਸੀਂ ਸਾਰੇ ਬਲੈਸ ਹੋਵੋਗੇ, ਪਰਮੇਸ਼ੁਰ ਦਾ ਅਨੁਗ੍ਰਹਿ ਤੁਹਾਡੇ ਨਾਲ ਹੈ। ਸੋ ਅੱਜ ਆਪਾਂ ਗੱਲ ਕਰਾਂਗੇ ਬਾਬੇ ਦੀ, ਬਾਬਾ ਗੁਰਪ੍ਰੀਤ ਦੀ, ਜੋ ਕਿ ਪੰਜਾਬ ਦੇ ਵਿੱਚ ਇੱਕ ਮੁੱਦਾ ਚੱਲ ਰਿਹਾ ਵਾ ਕ੍ਰਿਸਚੈਨਿਟੀ ਨੂੰ ਲੈ ਕੇ। ਸੋ ਬਾਬੇ ਨੂੰ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵਾਂ, ਇਹ ਕਹਿੰਦਾ ਕਿ ਕ੍ਰਿਸਚੈਨਿਟੀ ਦੇ ਵਿੱਚ ਢੋਂਗ ਹੁੰਦਾ ਵਾ, ਪਖੰਡਵਾਦ ਹੁੰਦਾ ਵਾ, ਚਰਚਾ ਦੇ ਵਿੱਚ ਪਖੰਡਵਾਦ ਹੁੰਦਾ ਵਾ। ਇਹ ਮੈਨੂੰ ਗੱਲ ਕਹਿਣਾ ਚਾਹੁੰਦਾ ਵਾਂ। ਪਹਿਲੀ ਗੱਲ, ਜਿਹੜਾ ਇਹ ਕਹਿੰਦੇ ਆ ਕਿ ਇਹ ਬੇਹੋਸ਼ ਹੋ ਕੇ ਗਿਰਦੇ ਆ, ਜਦੋਂ ਕੋਈ ਪਾਸਟਰ ਕਿਸੇ 'ਤੇ ਹੱਥ ਟੱਚ ਕਰਦਾ ਵਾ ਜੀ, ਉਹ ਉੜ ਉੜ ਕੇ ਗਿਰ ਰਹੇ ਆ, ਇੱਧਰ ਉੱਧਰ ਗਿਰ ਰਹੇ ਆ, ਜਾਂ ਫਿਰ ਚਰਚਾ ਦੇ ਵਿੱਚ ਵੀ ਜਦੋਂ ਪ੍ਰਾਰਥਨਾ ਹੁੰਦੀ ਆ ਉਦੋਂ ਵੀ ਇਹ ਚੀਕਾਂ ਮਾਰਦੇ ਆ, ਗਿਰਦੇ ਆ। ਤਾਂ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦਾ ਬਾਬੇ ਗੁਰਪ੍ਰੀਤ, ਮੈਨੂੰ ਮਾਈਗ੍ਰੇਨ ਦੀ ਪ੍ਰੋਬਲਮ ਸੀਗੀ, ਮੇਰਾ ਅੱਧਾ ਸਿਰ ਦੁਖਦਾ ਹੁੰਦਾ ਸੀਗਾ। ਸੋ ਇਹੀ ਪਵਿੱਤਰ ਆਤਮਾ ਲੈ ਕੇ ਪ੍ਰਭੂ ਨੇ ਮੈਨੂੰ ਹੀਲ ਕੀਤਾ ਵਾ। ਮੈਨੂੰ ਇੱਕ ਗੱਲ ਦੱਸ ਕਿ ਇਹ ਦੁਨੀਆ ਨੂੰ ਪਵਿੱਤਰ ਆਤਮਾ ਦੇ ਨਾਲ ਪਰਮੇਸ਼ੁਰ ਨੇ ਬਣਾਇਆ, ਆਪਣੇ ਵਰਡ ਦੇ ਨਾਲ, ਪਵਿੱਤਰ ਆਤਮਾ ਦੀ ਸਹਾਇਤਾ ਦੇ ਨਾਲ ਇਸ ਦੁਨੀਆ ਨੂੰ ਬਣਾਇਆ। ਹੁਣ ਤੂੰ ਮੈਨੂੰ ਇਹ ਗੱਲ ਦੱਸ ਕਿ ਜਿਹੜੀ ਪਵਿੱਤਰ ਆਤਮਾ ਦੇ ਨਾਲ ਦੁਨੀਆ ਬਣੀ ਹੈ, ਉਹ ਪਵਿੱਤਰ ਆਤਮਾ ਅਗਰ ਕਿਸੇ ਦੀ ਬੋਡੀ 'ਤੇ ਗਿਰਦੀ ਹੈ ਪੂਰੇ ਸਪਰਸ਼ ਦੇ ਨਾਲ, ਸਾਮਰਥ ਦੇ ਨਾਲ, ਕਿ ਉਹ ਬੰਦਾ ਉਸ ਸਾਮਰਥ ਨੂੰ ਸੰਭਾਲ ਲੇਗਾ? ਕਿ ਉਹ ਉਸ ਟਾਈਮ ਕੀ ਮਹਿਸੂਸ ਕਰੇਗਾ? ਅੱਜ ਤੈਨੂੰ ਅਗਰ ਪ੍ਰਧਾਨ ਮੰਤਰੀ ਦੇ ਸਾਹਮਣੇ ਖੜ੍ਹਾ ਕਰਦੀ ਹੈ ਨਾ, ਤਾਂ ਤੂੰ ਵੀ ਕੰਬੂਗਾ। ਅੱਜ ਵੱਡੇ ਕਿਸੇ ਤੈਨੂੰ ਵੱਡੇ ਬੰਦੇ ਨਾਲ ਖੜ੍ਹਾ ਕਰਦੀ, ਤਾਂ ਤੂੰ ਵੀ ਕੰਬੂਗਾ। ਤੇਰੇ ਮਨ 'ਚ ਵੀ ਇੱਕ ਡਰ ਜ਼ਰੂਰ ਆਏਗਾ, ਇੱਕ ਐਕਸਾਈਟਮੈਂਟ ਜਾਂ ਕੁਛ ਵੀ ਲਗਾ ਲਓ, ਜ਼ਰੂਰ ਆਏਗੀ। ਜਾਂ ਤਾਂ ਤੂੰ ਡਰੂੰਗਾ ਜਾਂ ਤਾਂ ਤੂੰ ਐਕਸਾਈਟਡ ਹੋਊਗਾ। ਇੱਦਾਂ ਹੀ ਸੇਮ ਜਦੋਂ ਪਵਿੱਤਰ ਆਤਮਾ ਉਤਰਦੀ ਹੈ ਨਾ ਕਿਸੇ 'ਤੇ, ਔਰ ਉਹਦਾ ਕੋਈ ਕੰਪੈਰੀਜ਼ਨ ਨਹੀਂ ਆ। ਜਦੋਂ ਪਵਿੱਤਰ ਆਤਮਾ ਆਉਂਦੀ ਹੈ ਤਾਂ ਬੰਦਾ ਇੱਧਰ ਉੱਧਰ ਕਈ ਵਾਰ ਗਿਰਦਾ ਵਾ, ਕਈ ਵਾਰੀ ਉਹ ਤਾੜੀਆਂ ਮਾਰਦਾ ਵਾ, ਕਈ ਵਾਰੀ ਉਹ ਰੋਂਦਾ ਵਾ, ਕਈ ਵਾਰੀ ਉਹ ਹੱਸਦਾ ਵਾ, ਕਈ ਵਾਰੀ ਉਹ ਬੇਹੋਸ਼ ਵੀ ਹੋ ਜਾਂਦਾ ਵਾ। ਪਰ ਉਹਨੂੰ ਨੀਚਾ ਕਰਨ ਲਈ ਨਹੀਂ, ਉਹਦਾ ਕਹਿੰਦੇ ਘਾਟਾ ਕਰਨ ਲਈ ਨਹੀਂ, ਬਲਕਿ ਉਹਨੂੰ ਬਲੈਸ ਕਰਨ ਲਈ, ਉਹਨੂੰ ਚੰਗਾ ਕਰਨ ਲਈ, ਉਹਨੂੰ ਹੀਲ ਕਰਨ ਲਈ, ਬੰਧਨਾਂ ਤੋਂ ਆਜ਼ਾਦ ਕਰਨ ਲਈ, ਸ਼ਰਾਪ ਤੋਂ ਆਜ਼ਾਦ ਕਰਨ ਲਈ, ਸ਼ੈਤਾਨ ਦੇ ਬੰਧਨਾਂ ਤੋਂ, ਦੁਸ਼ਟ ਆਤਮਾ ਤੋਂ ਆਜ਼ਾਦ ਕਰਨ ਲਈ। ਇਹੀ ਪਵਿੱਤਰ ਆਤਮਾ ਦੇ ਨਾਲ ਨਾ, ਜਿਹਨੂੰ ਤੂੰ ਢੋਂਗ ਦੱਸਦਾ ਵਾਂ, ਲੋਕਾਂ ਦੇ ਅੰਦਰੋਂ ਰਸੋਲੀਆਂ ਨਿਕਲਦੀਆਂ, ਜਾ ਕੇ ਚਰਚ ਜਾ ਕੇ ਹਿਸਟਰੀ ਚੈੱਕ ਕਰ, ਖਾਂਬਰਾ ਚਰਚ ਦੀ ਤੂੰ ਗੱਲ ਕਰਦਾ ਨਾ, ਅਪੋਸਟਲ ਅੰਕੁਰ ਨਰੂਲਾ ਜੀ ਦੀ, ਜਾ ਕੇ ਚਰਚਾਂ ਵਿੱਚ ਦੇਖ ਕੇ ਤਾਂ ਇੱਕ ਵਾਰੀ ਵਿਜ਼ਿਟ ਤਾਂ ਕਰ, ਕਿ ਹਰ ਹਫ਼ਤੇ ਕਿੰਨੇ ਚਮਤਕਾਰ ਹੁੰਦੇ ਆ। ਚਮਤਕਾਰ ਇਸ ਲਈ ਆ ਕਿ ਲੋਕ ਬਚਾਏ ਜਾਣ, ਲੋਕ ਸੱਚਾਈ ਨੂੰ ਜਾਣਨ। ਤੂੰ ਗੱਲ ਕਰਦਾ ਵਾਂ ਕਿ ਅਪੋਸਟਲ ਅੰਕੁਰ ਨਰੂਲਾ ਤੇਰੇ ਸਾਹਮਣੇ ਆ ਕੇ ਬੈਠ ਕੇ ਡਿਬੇਟ ਕਰਨ। ਬੇਟਾ ਇੱਕ ਗੱਲ ਤੈਨੂੰ ਮੈਂ ਕਹਿ ਦੇਵਾਂ ਕਿ ਇਹ ਜਿਹੜਾ ਸੁਪਨਾ ਨਾ ਤੇਰਾ ਨਹੀਂ ਪੂਰਾ ਹੋਣਾ, ਕਿਉਂਕਿ ਤੇਰਾ ਇੰਨਾ ਲੈਵਲ ਹੈ ਨਹੀਂ। ਕੋਈ ਇੱਕ ਬੰਦਾ ਲਿਆ ਕੇ ਲੈਵਲ ਦਾ ਖੜਾ ਕਰ ਦੇ ਕਿ ਜਿਹਦਾ ਲੈਵਲ ਮੈਚ ਕਰਦਾ ਹੋਵੇ, ਔਰ ਅਪੋਸਟਲ ਜੀ ਦੇ ਸਾਹਮਣੇ ਆਉਣ, ਕੋਈ ਨਹੀਂ ਮਿਲਣਾ ਤੈਨੂੰ, ਕਿਉਂਕਿ ਉਹਨਾਂ ਦਾ ਲੈਵਲ ਇੱਕ ਅਲੱਗ ਹੀ ਟੌਪ 'ਤੇ ਆ, ਤੁਹਾਡੇ ਸਾਹਮਣੇ ਨਹੀਂ ਬੈਠੋਗੇ। ਤੁਹਾਡੇ ਲਈ ਤਾਂ ਅਸੀਂ ਬਹੁਤ ਹਾਂ, ਬਲਕਿ ਤੂੰ ਕ੍ਰਿਸਚੈਨਿਟੀ ਦੇ ਸਾਹਮਣੇ ਤੂੰ ਸਾਹਮਣਾ ਹੀ ਨਹੀਂ ਕਰ ਸਕਦਾ। ਕ੍ਰਿਸਚੈਨਿਟੀ ਦੇ ਤੂੰ ਡਿਬੇਟ ਕਰਨ ਦੀ ਗੱਲ ਕਰਦਾ, ਤੂੰ ਤਾਂ ਡਿਬੇਟ ਤੋਂ ਪਹਿਲੀ ਹਾਰਿਆ ਹੋਇਆ ਵਾਂ। ਤੂੰ ਗੱਲ ਕਰਦਾ ਵਾਂ ਕਿ ਇੱਕ ਵੀਡੀਓ 'ਚ ਤੂੰ ਕਿਹਾ ਵਾ ਕਿ ਇਹ ਤਾਂ ਸਿਖਾਉਂਦੇ ਆ ਪਹਿਲੇ ਹੀ ਬੈਕ 'ਤੇ ਰਿਹਰਸਲਾਂ ਕਰਦੇ ਆ ਗਿਰਨ ਦੀਆਂ, ਤਾਂ ਬੇਟੇ ਤੂੰ ਸਲੋਅ ਵਾਂ, ਬਹੁਤ ਜ਼ਿਆਦਾ ਸਲੋਅ ਵਾਂ। ਮੈਨੂੰ ਲੱਗਦਾ ਤੂੰ ਕੈਲੀਫੋਰਨੀਆ ਤੋਂ ਪੈਦਲ ਆਇਆ ਵਾਂ, ਤੈਨੂੰ ਸਲੋਅ ਆ, ਤੂੰ ਮੀਡੀਆ ਤੂੰ ਕੁਛ ਚਲਾਇਆ ਨਹੀਂ, ਤੂੰ ਸੋਸ਼ਲ ਮੀਡੀਆ ਨਹੀਂ ਚਲਾਇਆ, ਤੈਨੂੰ ਤਾਂ ਕਰਕੇ ਕੁਛ ਪਤਾ ਨਹੀਂ ਹੈਗਾ। ਸਲੋਅ ਹੋਣ ਕਰਕੇ ਤੈਨੂੰ ਇੰਨਾ ਨਹੀਂ ਪਤਾ ਵਾ ਕਿ ਉਹ ਜਿਹੜੀ ਵੀਡੀਓ ਸੀ ਉਹ ਰਿਹਰਸਲ ਦੀ ਵੀਡੀਓ ਸੀਗੀ, ਉਹ ਸਾਡੇ 31 ਨਾਈਟ ਦੇ ਫੰਕਸ਼ਨ ਦੀ ਜਾਂ ਕ੍ਰਿਸਮਸ ਦੇ ਫੰਕਸ਼ਨ ਦੀ ਉਹ ਇੱਕ ਰਿਹਰਸਲ ਸੀਗੀ, ਉਹ ਮੀਟਿੰਗ ਦੀ ਰਿਹਰਸਲ ਸੀ ਕਿ ਕਿੱਦਾਂ ਅਪੋਸਟਲ ਜੀ ਇਹ ਸਮਝਾ ਰਹੇ ਸੀਗੇ ਕਿ ਅਗਰ ਕੋਈ ਗਿਰ ਜਾਵੇ
ਉਹ ਰਿਹਰਸਲ 'ਚ ਕੋਈ ਗਿਰਨ ਵਾਲਾ ਕੋਈ ਐਕਟ ਸੀਗਾ ਕਿ ਅਗਰ ਤੂੰ ਗਿਰ ਜੂੰਗਾ ਤਾਂ ਤੂੰ ਧਿਆਨ ਨਾਲ ਗਿਰੀ ਕਿ ਤੇਰੇ ਸੱਟ ਨਾ ਲੱਗ ਜਾਵੇ, ਉਸ ਹਿਸਾਬ ਨਾਲ ਗਿਰੀ। ਸੋ ਉਹ ਇੱਕ ਰਿਹਰਸਲ ਸੀਗੀ, ਉਹ ਪ੍ਰਾਰਥਨਾ ਦੀ ਰਿਹਰਸਲ ਨਹੀਂ ਸੀ ਜਿਹਨੂੰ ਤੂੰ ਸਮਝਦਾ ਪਿਆ ਵਾਂ। ਔਰ ਮੈਂ ਜਿਹੜੇ ਵੀ ਲੋਕਾਂ ਨੂੰ ਇਹ ਭੁਲੇਖਾ ਵਾ ਕਿ ਚਰਚ 'ਚ ਇੱਦਾਂ ਦੀ ਰਿਹਰਸਲਾਂ ਹੁੰਦੀਆਂ ਵਾਂ, ਤਾਂ ਮੈਂ ਉਹੀ ਕਹਿਣਾ ਚਾਹੁੰਦਾ ਕਿ ਭਰਾਵਾ ਥੋੜ੍ਹੀ ਜਿਹੀ ਹਿਸਟਰੀ ਪੜ੍ਹ ਲਓ ਕੀ ਹੋਇਆ ਸੀ ਉਸ ਟਾਈਮ ਔਰ ਉਹਨੂੰ ਕਿੱਦਾਂ ਐਕਸਪਲੇਨ ਕੀਤਾ ਗਿਆ। ਸੋ ਬੋਲਣ ਤੋਂ ਪਹਿਲਾਂ ਥੋੜ੍ਹਾ ਸੋਚ ਲਿਆ ਕਰੋ। ਔਰ ਦੂਜੀ ਗੱਲ, ਜਿਹੜੇ ਤੇਰੇ ਮਨਸੂਬੇ ਆ ਇਹ ਕਦੀ ਇੱਥੇ ਪੂਰੇ ਨਹੀਂ ਹੋਣੇ ਆ। ਮੈਂ ਕੋਈ ਪਾਸਟਰ ਨਹੀਂ ਹਾਂ, ਮੈਂ ਇੱਕ ਬਲੀਵਰ ਹਾਂ, ਇੱਕ ਆਮ ਬਲੀਵਰ ਹਾਂ। ਮੈਂ ਖੰਬਰਾ ਚਰਚ ਦਾ ਇੱਕ ਮੈਂਬਰ ਹਾਂ। ਸੋ ਮੈਂ ਇਹੀ ਕਹਿਣਾ ਚਾਹੁੰਦਾ 15 ਸਾਲ ਤੋਂ ਮੈਂ ਚਰਚ ਦੇ ਨਾਲ ਜੁੜਿਆ ਹੋਇਆ ਵਾਂ। ਸੋ ਢੋਂਗ ਇਹ ਚੀਜ਼ਾਂ ਕਹਿਣੀਆਂ ਜਾਂ ਕ੍ਰਿਸਚੈਨਿਟੀ ਨੂੰ ਕੂੜਾ ਕਹਿਣਾ ਇਹ ਗਲਤ ਗੱਲ ਵਾ। ਜਾ ਕੇ ਹਿਸਟਰੀ ਚੈੱਕ ਕਰੋ ਕਿ ਚਰਚ ਨੇ ਸਮਾਜ ਦੇ ਵਿੱਚ ਕੀ ਰੋਲ ਨਿਭਾਇਆ ਵਾ। ਲੋਕਡਾਊਨ 'ਚ ਅਪੋਸਟਲ ਜੀ ਨੇ ਕੀ ਰੋਲ ਨਿਭਾਇਆ ਸੀ, ਜਾ ਕੇ ਹਿਸਟਰੀ ਚੈੱਕ ਕਰੋ। ਤੁਹਾਡੇ ਵਰਗੇ ਲੁਕੇ ਹੋਣੇ ਆ, ਪੱਕੀ ਗੱਲ ਆ, ਕਿਉਂਕਿ ਦਿਖੇ ਹੀ ਨਹੀਂ ਤੁਸੀਂ। ਤੁਸੀਂ ਗੱਲਾਂ ਕਰਦੇ ਆ ਨਾ ਢੋਂਗ ਦੀਆਂ, ਪਖੰਡਵਾਦ ਦੀਆਂ, ਜਾ ਕੇ ਪਹਿਲਾਂ ਆਪਣੇ ਰਿਲੀਜਨ 'ਚੋਂ ਜਾਂ ਆਪਣੇ ਲੋਕਾਂ 'ਚੋਂ ਪਖੰਡਵਾਦ ਨੂੰ ਬਾਹਰ ਕੱਢੋ, ਫਿਰ ਤੁਸੀਂ ਸਾਨੂੰ ਟਾਰਗੇਟ ਕਰੀਓ। ਜੇ ਸਾਡੇ 'ਚ ਕੋਈ ਪਖੰਡਵਾਦ ਹੈਗਾ ਵਾ ਉਹ ਅਸੀਂ ਕ੍ਰਿਸਚੈਨਿਟੀ ਅਸੀਂ ਖੁਦ ਦੇਖ ਲਾਂਗੇ। ਬਹੁਤ ਲੋਕ ਖਾਂਬਰਾ ਚਰਚ ਦੀ ਵਜ੍ਹਾ ਨਾਲ, ਵੱਡੀ ਵੱਡੀ ਮਿਨਿਸਟਰੀਆਂ ਦੀ ਵਜ੍ਹਾ ਨਾਲ, ਚਰਚਾ ਦੀ ਵਜ੍ਹਾ ਨਾਲ, ਪ੍ਰਭੀਸ਼ੂ ਮਸੀਹ ਦੇ ਅਨੁਗ੍ਰਹਿ ਦੇ ਨਾਲ ਨਸ਼ਾ ਛੱਡ ਚੁੱਕੇ ਆ। ਬਹੁਤ ਲੋਕਾਂ ਨੂੰ ਕੰਮਕਾਰ ਮਿਲ ਚੁੱਕਿਆ ਵਾ, ਉਹਨਾਂ 'ਤੇ ਅਨੁਗ੍ਰਹਿ ਹੋਇਆ, ਬਹੁਤ ਸਾਰੇ ਲੋਕ ਦੁਸ਼ਟ ਆਤਮਾ ਤੋਂ ਆਜ਼ਾਦ ਹੋ ਗਏ ਆ। ਕਈ ਮੇਰੇ ਵਰਗੇ ਮਾਈਗ੍ਰੇਨ ਤੋਂ ਚੰਗੇ ਹੋ ਗਏ ਆ। ਤੈਨੂੰ ਪਤਾ ਵੀ ਸੀ ਦਿਨ 'ਚ ਕਿੰਨੀ ਵਾਰੀ ਮੇਰਾ ਸਿਰ ਦੁਖਦਾ ਸੀ, ਕਿੰਨੇ ਚੰਗਾ ਕੀਤਾ ਮੈਨੂੰ ਪ੍ਰਭੀਸ਼ੂ ਮਸੀਹ ਨੇ, ਮੈਂ ਚੰਗਾ ਹੋਇਆ। ਇਹ ਕੋਈ ਪਖੰਡਵਾਦ ਨਹੀਂ ਆ, ਇਹ ਰਿਐਲਿਟੀ ਆ, ਔਰ ਇਹ ਹਮੇਸ਼ਾ ਰਿਐਲਿਟੀ ਹੀ ਰਹੂਗੀ। ਜਾ ਕੇ ਸਰਚ ਕਰ ਲਾ, ਜਾ ਕੇ ਲੋਕਾਂ ਨੂੰ ਪੁੱਛ, ਚਰਚ ਵਿੱਚ ਜਾ, ਐਂਟਰ ਕਰ, ਪੁੱਛ ਕਿ ਤੈਨੂੰ ਤੁਹਾਨੂੰ ਕਿੰਨਾ ਪੈਸਾ ਦਿੱਤਾ ਚਰਚ ਆਉਣ ਵਾਸਤੇ। ਤੈਨੂੰ ਦੱਸੂਗੇ ਫਿਰ ਲੋਕ ਕਿ ਪੈਸਾ ਮਿਲਿਆ ਜਾਂ ਕੀ ਮਿਲਿਆ। ਤੁਸੀਂ ਲੋਕ ਕਹਿੰਦੇ ਆ ਜੀ ਇਕੱਲੇ ਇਕੱਲੇ ਨੂੰ 1-1 ਲੱਖ 1-1 ਕਰੋੜ ਦੇ ਦਿੱਤਾ। ਇਸ ਕਰਕੇ ਨਾ ਇਹ ਗੱਲਾਂ ਛੱਡ ਦਿਓ। ਜਿਹੜੀ ਅੰਮ੍ਰਿਤਸਰ ਕਰੂਸੇਡ ਤੋਂ ਬਾਅਦ ਜਿਹੜੀ ਤੁਹਾਡੇ 'ਚ ਬੁਖਲਾਹਟ ਇੱਕ ਆ ਜਾਂਦੀ ਆ ਨਾ, ਇਹ ਬੁਖਲਾਹਟ ਨੂੰ ਥੋੜ੍ਹਾ ਤੁਸੀਂ ਆਪਣਾ ਸਾਂਭ ਕੇ ਰੱਖੋ। ਜੇ ਤੁਸੀਂ ਚਾਹੁੰਦੇ ਹੋ ਉਸ ਲੈਵਲ 'ਤੇ ਕੰਮ ਕਰਨਾ ਤਾਂ ਸੇਮ ਉੱਦਾਂ ਹੀ ਕੰਮ ਕਰਕੇ ਦਿਖਾਓ। ਸਮਾਜ ਨੂੰ ਲੁੱਟੋ ਨਾ, ਸਮਾਜ ਨੂੰ ਗਲਤ ਰਾਹ ਨਾ ਪਾਓ, ਸਮਾਜ 'ਚ ਜਾਓ, ਪ੍ਰਚਾਰ ਕਰੋ, ਲੋਕਾਂ ਨੂੰ ਸਹੀ ਸਿੱਖਿਆਵਾਂ ਦਿਵੋ। ਅਪੋਸਟਲ ਜੀ ਨੇ ਸਹੀ ਸਿੱਖਿਆਵਾਂ ਦਿੱਤੀਆਂ ਬਾਈਬਲ ਦੀਆਂ, ਤਾਂ ਹੀ ਅੱਜ ਉਹ ਇੱਕ ਟੋਪ ਲੈਵਲ 'ਤੇ ਆ, ਤਾਂ ਹੀ ਤੁਹਾਡੇ ਵਰਗੀਆਂ ਚੁੱਕਾਂ ਬੋਲਦੀਆਂ ਵਾ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ, ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ, ਜਿੰਨੇ ਵੀ ਕ੍ਰਿਸਚਨ ਲੀਡਰਸ ਹੈਗੇ ਆ, ਮੈਂ ਉਹਨਾਂ ਲਈ ਥੈਂਕਸ ਕਰਦਾ ਪਰਮੇਸ਼ਰ ਦਾ ਕਿ ਸਾਨੂੰ ਇੰਨੇ ਵਧੀਆ ਕ੍ਰਿਸਚਨ ਲੀਡਰਸ ਮਿਲੇ ਆ। ਗਲੋਬਲ ਐਕਸ਼ਨ ਕਮੇਟੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਵਾਂ, ਜਿੰਨੇ ਸਾਡੇ ਲੁਧਿਆਣੇ ਦੇ ਵੀ ਕ੍ਰਿਸਚਨ ਲੀਡਰ ਹੈਗੇ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਨੇ ਅੱਗੇ ਵੱਧ ਕੇ ਇਸ ਟੋਪਿਕ ਦੇ ਉੱਤੇ ਜਿਹੜੇ ਬੋਲੇ ਆ। ਮੀਡੀਆ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਵੀ ਲੋਕਾਂ ਨੇ ਮੀਡੀਆ ਦੇ ਰਾਹੀਂ ਇਸ ਚੀਜ਼ ਨੂੰ ਦਿਖਾਇਆ ਵਾ। ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਕੀ। ਇੱਦਾਂ ਦੇ ਢੋਂਗਿਆਂ ਤੋਂ ਜੇ ਕੋਈ ਹੋਰ ਵੀ ਮੇਰੀ ਗੱਲ ਸੁਣ ਰਿਹਾ ਜਿਹੜਾ ਨੋਨ ਬਿਲੀਵਰ ਆ, ਜਿਹੜਾ ਕ੍ਰਿਸਚਨ ਨਹੀਂ ਆ, ਅਗਰ ਤੁਸੀਂ ਸੱਚੀ ਦੇਖਣਾ ਚਾਹੁੰਦੇ ਹੋ ਚਰਚ ਨੂੰ ਜਾਂ ਫਿਰ ਇਹ ਖੰਡਵਾਦ ਹੈਗਾ ਵਾ ਜਾਂ ਨਹੀਂ ਆ, ਸੋ ਪਲੀਜ਼ ਤੁਸੀਂ ਇੱਕ ਵਾਰੀ ਚਰਚ ਜ਼ਰੂਰ ਆਓ, ਚਰਚ ਵਿੱਚ ਵਿਜ਼ਿਟ ਕਰੋ। ਤੁਹਾਨੂੰ ਆਪ ਹੀ ਕਲੈਰੀਫਾਈ ਹੋ ਜਾਏਗਾ ਕਿ ਇਹ ਢੋਂਗ ਆ, ਇਹ ਪਖੰਡਵਾਦ ਆ ਜਾਂ ਰਿਐਲਿਟੀ ਆ। ਤੁਹਾਡੇ ਸਾਹਮਣੇ ਚੀਜ਼ਾਂ ਹੋਣਗੀਆਂ, ਤੁਸੀਂ ਗ੍ਰੇਸ ਨੂੰ ਦੇਖੋਗੇ, ਮਹਿਸੂਸ ਕਰੋਗੇ ਜੋ ਤੁਸੀਂ ਕਦੀ ਮਹਿਸੂਸ ਨਹੀਂ ਕੀਤਾ। ਚਰਚ ਜਾਓ, ਆਓ। ਅਗਰ ਅਪੋਸਟਲ ਅੰਕੁਰ ਰੂਲਾ ਜੀ ਦੀ ਗੱਲ ਹੋ ਰਹੀ ਹੈ ਨਾ ਅੱਜ, ਤਾਂ ਤੁਸੀਂ ਜਾਓ ਖਾਂਬਰਾ ਚਰਚ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ, ਜਾਂ ਬ੍ਰਾਂਚ ਵਿੱਚ ਵਿਜ਼ਿਟ ਕਰੋ। ਪੰਜਾਬ 'ਚ ਬਹੁਤ ਸਾਰੀਆਂ ਬ੍ਰਾਂਚਾਂ, ਇੰਡੀਆ 'ਚ ਬਹੁਤ ਸਾਰੀਆਂ ਬ੍ਰਾਂਚਾਂ ਹੋ ਗਈਆਂ, ਕਿਸੇ ਨਾ ਕਿਸੇ ਬ੍ਰਾਂਚ 'ਚ ਜਾ ਕੇ ਦੇਖੋ। ਅਗਰ ਤੁਹਾਨੂੰ ਪਖੰਡਵਾਦ ਦਿਖਦਾ ਵਾ, ਤੁਹਾਨੂੰ ਲੱਗਦਾ ਕੋਈ ਪਖੰਡਵਾਦ ਆ, ਫਿਰ ਤੁਸੀਂ ਗੱਲ ਕਰੀਓ। ਇੱਦਾਂ ਵੀਡੀਓ ਦੇਖ ਕੇ ਜਾਂ ਇੱਕ ਕਲਿੱਪ ਦੇਖ ਕੇ ਉਹਨੂੰ ਜੱਜ ਨਾ ਕਰੋ। ਸੋ ਸਾਰਿਆਂ ਨੂੰ ਜੈ ਮਸੀਹ ਕੀ। ਗੋਡ ਬਲੈਸ ਯੂ ਆਲ।